ਬੰਦੇ ਮੈਨੂੰ ਜਿਆਦਾ ਇਸ਼ਾਰਾ ਕਰ ਦੇਣ ਬਾਬਾ ਜੀ ਸਾਨੂੰ ਅੱਜ ਦੱਸੋ ਅੱਜ ਤੁਹਾਨੂੰ ਮੈਂ ਉਹ ਵਜ਼ੀਫਾ ਦੱਸਣ ਲੱਗਾ ਤੇ ਵਜ਼ੀਫਾ ਦੋ ਤਰ੍ਹਾਂ ਹੈਗਾ ਜੇ ਹਮਜ਼ਾਦਾ ਵਜ਼ੀਫਾ ਜੇ ਤੇ ਪ੍ਰੈਸ ਬੌਂਡ ਵਾਸਤੇ ਹੈਗਾ ਜੀ ਜਿਹਨੇ ਪ੍ਰੈਸ ਬੌਂਡ ਖਰੀਦਣਾ ਹੈ ਉਹ ਐ ਪੜਾਈ ਜਿਸ ਤਰ੍ਹਾਂ ਮੈਂ ਤਰੀਕਾ ਦੱਸਾਂਗਾ ਕਰਕੇ ਤੁਸੀਂ ਖਰੀਦੋਗੇ ਤੁਸੀਂ ਕਾਮਯਾਬ ਹੋ ਜਾਓਗੇ ਬਸ ਐ ਮੇਰੀ ਗੱਲ ਯਾਦ ਕਰਨਾ ਔਰ ਦੋਸਤੋ ਤਰੀਕਾ ਤਾਂ ਮੈਂ ਦੱਸ ਦੇਣਾ ਕੀ ਪੜ੍ਹਨਾ ਕਿਹੜੀ ਪੜ੍ਹਾਈ ਲੇਕਿਨ ਪਹਿਲੇ ਤੁਸੀਂ ਇਹ ਦੇਖ ਲਓ ਅਚਾਨਕ ਹੀ ਹੋ ਗਏ 8 8 ਤਰੀਕ ਹੋ ਗਈ ਠੀਕ ਹੈ ਜਾਜ਼ ਕਾਉਂਡ ਵੀ ਤੁਹਾਨੂੰ ਪਤਾ ਬਣਾਇਆ ਦਾ ਜੋ ਜੋ ਤੁਸੀਂ ਆਪਣਾ ਹਿੱਸਾ ਕਰਨਾ ਹੈ ਜਾਜ਼ ਕਾਉਂਡ ਦੇ ਵਟਸਐਪ ਤੇ ਤੁਸੀਂ ਆਪਣਾ ਪੋਸਟ ਦੱਸ ਕੇ ਅੱਜ ਕਲਾ ਦੇਣਾ ਅੱਜ ਠੀਕ ਹੈ ਅੱਜ ਤੇ ਕੱਲ ਦੇ ਵਿੱਚ ਵਿੱਚ ਇਹ ਹੁਣ ਯਾਦ ਰੱਖਣਾ ਜੀ ਅੱਜ 8 ਤਰੀਕ ਜੇ ਜਿਨ੍ਹਾਂ ਜਿਨ੍ਹਾਂ ਬਾਬਾ ਕਹਿੰਦੇ ਬਾਬਾ ਜੀ ਤੁਹਾਨੂੰ ਜਾਜ਼ ਦੋ ਤੇ ਅਸੀਂ 8 ਤਰੀਕ ਨੂੰ ਕਰ ਦੇਗਾ ਜਾਜ਼ ਤਾਂ ਤੁਹਾਨੂੰ ਮੈਂ ਸੈਂਕੜੇ ਬੰਦਿਆਂ ਨੂੰ ਸੈਂਕੜੇ 100 ਬੰਦਿਆਂ ਨੂੰ ਦੇ ਦਿੱਤੀ ਠੀਕ ਸੌਵਾਂ ਸਾਰਾ ਬੰਦਿਆਂ ਨੂੰ ਦੇ ਦਿੱਤੀ ਹੁਣ ਤੁਸੀਂ ਆਪਣਾ ਆਪ ਹੀ ਆਪਣਾ ਹੱਕ ਦਾ ਕਰਨਾ ਜੀ ਠੀਕ ਹੈ ਤੇ ਇਸ ਲਈ ਤੁਸੀਂ ਬਾਬੇ ਦੇ ਨੂੰ ਖਿਆਲ ਕਰੋ ਬਾਬੇ ਫੇਰ ਹੀ ਖਿਆਲ ਕਰਨਾ ਜੀ ਤੋ ਦੋਸਤੋ ਤੁਸੀਂ ਵਜ਼ੀਫਾ ਦੇਖ ਲਓ ਕਿਹੜਾ ਵਜ਼ੀਫਾ ਹੈ ਪੜਨਾ ਹੈ 7 ਦਿਨ ਦਾ ਵਜ਼ੀਫਾ ਜੀ ਪਹਿਲੇ ਦਿਨ ਤੁਸੀਂ ਇਹ ਤਸਵੀਰ ਲੈਣੀ ਹੈ 100 ਵਾਲੀ 100 ਵਾਰ ਪੜਨਾ ਹੈ 100 ਦਫਾ ਯਾ ਮੋਗਨੀ ਯਾ ਲਤੀਫੋ ਮਨਲ ਗੈਬ ਅਸਰਾਰ ਬਹਕ ਕੇ ਯਾ ਹਮਜ਼ਾਤ ਫਿਰ ਦੂਜਾ ਦਿਨ ਆਣਾ ਤੇ 100 ਦਾ 200 ਹੋ ਜਾਣਾ ਜੀ ਫਿਰ ਆਹੀ ਵਜ਼ੀਫਾ ਕਰਨਾ 100 ਦਾ 200 ਤੀਜੇ ਦਿਨ ਇਨੂੰ ਡਬਲ ਕਰ ਦੇਣਾ ਡਬਲ ਹੋ ਜਾਣਾ ਹੈ 400 ਹੋ ਜਾਏਗਾ ਚੌਥੇ ਦਿਨ 800 ਹੋ ਜਾਏਗਾ ਪੰਜਵੇਂ ਦਿਨ 1600 ਹੋ ਜਾਏਗਾ ਛੇਵੇਂ ਦਿਨ 3200 ਹੋ ਜਾਏਗਾ ਬੱਚਿਓ ਤੇ ਜਦੋਂ ਸੱਤਵਾਂ ਦਿਨ ਆਏਗਾ ਉਹਨਾਂ ਦੀ ਤੁਹਾਨੂੰ ਬਿਲਕੁਲ ਕਲੀਅਰ ਦੱਸ ਦਿੱਤਾ ਜਾਏਗਾ ਜੋ ਉਹਨਾਂ ਦੱਸਣਾ ਦੱਸ ਦੇਣਗੇ ਠੀਕ ਹੈ ਤੇ 4600 ਪੂਰਾ ਹੋ ਜਾਏਗਾ 4600 ਕਰਕੇ ਤੇ ਬੱਚਿਓ ਅੱਗੇ ਸ਼ੁਰੂ ਕਰਨ ਤੋਂ ਪਹਿਲੇ 19 ਦਫਾ ਬਿਸਮਿਲ੍ਲਾ ਜ਼ਰੂਰ ਪੜਨੀ ਕਰਨੀ ਹਰ ਰੋਜ਼ ਇਹ ਯਾਦ ਰੱਖਣਾ ਜੀ ਤੇ ਰਾਤ ਨੂੰ ਸੌਣ ਲੱਗਿਆ ਤੁਸੀਂ ਜਿੰਨੇ ਵੀ ਜਦੋਂ ਸੌਣ ਲੱਗੋ ਪੜ੍ਹਾਈ ਕਰਕੇ ਤੁਸੀਂ ਕਹਿੰਨਾ ਸਾਨੂੰ ਥਾਲੀ ਦੇ ਵਿੱਚ ਲਿਖ ਕੇ ਦਿਹਾਓ ਤੇ ਤੁਹਾਨੂੰ ਥਾਲੀ ਲੈ ਕੇ ਦਿਖਾਣਗੇ ਹੋ ਠੀਕ ਹੈ ਲੋ ਦੋਸਤੋ ਫਿਰ ਹੁਣ ਐ ਵੀਡੀਓ ਤੁਹਾਨੂੰ ਅੱਛੀ ਲੱਗੇ ਜਾਂ ਨਾ ਲੱਗੇ ਤੁਸੀਂ ਉਹਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੇ ਲਾਈਕ ਵੀ ਕਰਨਾ ਤੇ ਫਿਰ ਬਾਬਾ ਵੀ ਤੁਹਾਡੇ ਤੇ ਖੁਸ਼ ਤੇ ਤੁਸੀਂ ਫਿਰ ਬਾਬੇ ਤੇ ਫੇਰ ਹੀ ਖੁਸ਼ ਹੋਵੋਗੇ ਠੀਕ ਲੋ ਫਿਰ ਹੁਣ ਅਸਲਾਮੁਅਲੈਕ ਯਾਦ ਰੱਖਣਾ ਅੱਜ ਚੰਨ ਦੀ 8 ਤਰੀਕ ਹੋ ਗਈ ਜੀ